प्रेस कॉन्फ्रेंस रखी इस करके कि साढ़े एस एच ओ भिंदर सिंह ते दी टीम ने पिछले दिनों भी कई रिकवरियां कीतियां। अज भी इन्होंने सवेरे चौकी हेडों को नाका लाया होया सी तां नाके दे चैकिंग दे दौरान इन्होंने एक स्विफ्ट कार रोकी जिंदे विच दो बंदे जिहड़े समराले थाने नाल ही संबंधित ने, एक सुखदेव सिंह एक दलबीर सिंह जिहड़े जदों इन्होंने गड्डी रोकी तां उन्दे विचों 15 पेटियां चंडीगढ़ दे शराब दीआं जिहड़ियां बरामद होईआं और इन्हां दी असीं पुछगिछ कीती है। काफ़ी लंबे समय तो ये चंडीगढ़ तो लिया के इत्थे जिहड़ी शराब है इलीगल तरीके नाल इत्थे स्मगलिंग करदे सी और ये हुण तक पुलिस की गिरफ्त तो बचे रहे क्योंकि ये ज़्यादातर वो टाइम चूज़ करते ने जदों पुलिस का नाका नहीं होगा तो उदों ये उतों शराब लियांदे आ फिर इत्थे लिया के उतों सस्ते भाव ते लिया के इत्थे पिंडां दे विच इहदी सप्लाई करदे आ तां ये जिहड़ा इन्हां नूं अज असीं गिरफ़्तार करके मुकदमा दर्ज कर लिया। ਇਹਦੇ ਵਿੱਚ ਅਸੀਂ ਇਹਦੇ ਬੈਕਫੁੱਟ 'ਤੇ ਵੀ ਜਾਵਾਂਗੇ ਵੀ ਕਿੱਥੋਂ ਕਿਹੜੇ ਠੇਕੇਦਾਰ ਕੋਲੋਂ ਲੈ ਕੇ ਆਉਂਦੇ ਆ, ਕਿੱਦਾਂ ਇਹ ਹੁਣ ਤੱਕ ਕਿੱਥੇ ਕਿੱਥੇ ਸਪਲਾਈ ਕਰਦੇ ਆ, ਜਾਂ ਇਹਨਾਂ ਦੇ ਨਾਲ ਕੌਣ ਕੌਣ ਮਿਲਿਆ ਹੋਇਆ, ਚਾਹੇ ਉਹ ਪੁਲਿਸ ਅਫਸਰ ਹੀ ਕਿਉਂ ਨਾ ਹੋਵੇ, ਮਤਲਬ ਇਹਦੀ ਅਸੀਂ ਡੰਗਿਆਈ ਨਾਲ ਤਫਤੀਸ਼ ਕਰਕੇ ਤੁਹਾਨੂੰ ਜਿਹੜਾ ਅਗਲੀ ਇੱਕ ਪ੍ਰੈਸ ਕਾਨਫਰੰਸ ਫਿਰ ਕਰਾਂਗੇ ਜਿਹਦੇ 'ਚ ਦੱਸਾਂਗੇ ਕਿ ਇਹ ਕਿਵੇਂ ਕੀਤਾ। ਫਿਲਹਾਲ ਅੱਜ ਹੀ ਅਰੈਸਟ ਕੀਤੇ ਨੇ ਔਰ ਅੱਜ ਹੀ ਪੇਸ਼ ਕਰਨ ਜਾ ਰਹੇ ਹਾਂ ਤਾਂ ਇਸ ਕਰਕੇ ਤੁਹਾਨੂੰ ਇਹਦੀ ਇਨੀਸ਼ੀਅਲ ਜਿਹੜੀ ਇਨਫੋਰਮੇਸ਼ਨ ਦੇਣੀ ਅਸੀਂ ਜ਼ਰੂਰੀ ਸਮਝੀ ਤਾਂ ਕਰਕੇ ਰੱਖੀ। ਸਰ ਪਹਿਲੀ ਜਾਂਚ ਲੱਗਿਆ ਨਹੀਂ ਪਤਾ ਕੋਈ ਪਿਛਲਾ ਰਿਕਾਰਡ ਵੀ ਹੋਣਾ? ਦੇਖੋ ਰਿਕਾਰਡ ਤਾਂ ਸਾਡੇ ਦੋਨੇ ਸਾਡੇ ਥਾਣੇ ਨਾਲ ਹੀ ਰਿਲੇਟਡ ਨੇ, ਹੁਣੇ ਚੈੱਕ ਕਰਾ ਲੈਂਦੇ ਹਾਂ। ਲੇਕਿਨ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਕਿ ਇਹ ਹੁਣ ਤੱਕ ਬਚੇ ਆ, ਪਹਿਲਾਂ ਪਿਕਚਰ 'ਚ ਨਹੀਂ ਆਏ, ਜਿਹੜੇ ਅੱਜ ਹੀ ਸਾਹਮਣੇ ਆਏ ਨੇ। ਰਿਕਾਰਡ ਵੀ ਇਹਨਾਂ ਦਾ ਚੈੱਕ ਕਰ ਲੈਂਦੇ ਹਾਂ। ਦੇਖ ਸਮਰਾਲੇ ਏਰੀਏ 'ਚ ਵਿਕਣੀ ਸੀ ਸ਼ਰਾਬ ਜੀ? ਬਿਲਕੁਲ ਸਮਰਾਲੇ ਏਰੀਏ 'ਚ ਵਿਕਣੀ ਸੀ। ਸਰ ਪ੍ਰੈਸ ਕਾਨਫਰੰਸ ਰੱਖੀ ਜੀ ਕੀ ਹੈਗਾ ਜੀ? ਪ੍ਰੈਸ ਕਾਨਫਰੰਸ ਰੱਖੀ ਇਸ ਕਰਕੇ ਕਿ ਸਾਡੇ ਐਸ ਐਚ ਓ ਭਿੰਦਰ ਸਿੰਘ ਤੇ ਦੀ ਟੀਮ ਨੇ ਪਿਛਲੇ ਦਿਨਾਂ ਵਿੱਚ ਵੀ ਕਈ ਰਿਕਵਰੀਆਂ ਕੀਤੀਆਂ। ਅੱਜ ਵੀ ਇਹਨਾਂ ਨੇ ਸਵੇਰੇ ਚੌਕੀ ਹੇਡੋਂ ਕੋਲ ਨਾਕਾ ਲਾਇਆ ਹੋਇਆ ਸੀ ਤਾਂ ਨਾਕੇ ਦੇ ਚੈਕਿੰਗ ਦੇ ਦੌਰਾਨ ਇਹਨਾਂ ਨੇ ਇੱਕ ਸਵਿਫਟ ਕਾਰ ਰੋਕੀ ਜਿਹਦੇ ਵਿੱਚ ਦੋ ਬੰਦੇ ਜਿਹੜੇ ਸਮਰਾਲੇ ਥਾਣੇ ਨਾਲ ਹੀ ਸੰਬੰਧਿਤ ਨੇ, ਇੱਕ ਸੁਖਦੇਵ ਸਿੰਘ ਇੱਕ ਦਲਬੀਰ ਸਿੰਘ ਜਿਹੜੇ ਜਦੋਂ ਇਹਨਾਂ ਨੇ ਗੱਡੀ ਰੋਕੀ ਤਾਂ ਉਹਦੇ ਵਿੱਚੋਂ 15 ਪੇਟੀਆਂ ਚੰਡੀਗੜ੍ਹ ਦੇ ਸ਼ਰਾਬ ਦੀਆਂ ਜਿਹੜੀਆਂ ਬਰਾਮਦ ਹੋਈਆਂ ਔਰ ਇਹਨਾਂ ਦੀ ਅਸੀਂ ਪੁੱਛਗਿਛ ਕੀਤੀ ਹੈ। ਕਾਫ਼ੀ ਲੰਬੇ ਸਮੇਂ ਤੋਂ ਇਹ ਚੰਡੀਗੜ੍ਹ ਤੋਂ ਲਿਆ ਕੇ ਇੱਥੇ ਜਿਹੜੀ ਸ਼ਰਾਬ ਹੈ ਇਲੀਗਲ ਤਰੀਕੇ ਨਾਲ ਇੱਥੇ ਸਮਗਲਿੰਗ ਕਰਦੀ ਸੀ ਔਰ ਇਹ ਹੁਣ ਤੱਕ ਪੁਲਿਸ ਦੀ ਗ੍ਰਿਫਤ ਤੋਂ ਬਚੇ ਰਹੇ ਕਿਉਂਕਿ ਇਹ ਜ਼ਿਆਦਾਤਰ ਉਹ ਟਾਈਮ ਚੂਜ਼ ਕਰਦੇ ਨੇ ਜਦੋਂ ਪੁਲਿਸ ਦਾ ਨਾਕਾ ਨਹੀਂ ਹੁੰਦਾ ਤਾਂ ਉਦੋਂ ਇਹ ਉੱਥੋਂ ਸ਼ਰਾਬ ਲਿਆਉਂਦੇ ਆ ਫਿਰ ਇੱਥੇ ਲਿਆ ਕੇ ਉੱਥੋਂ ਸਸਤੇ ਭਾਅ 'ਤੇ ਲਿਆ ਕੇ ਇੱਥੇ ਪਿੰਡਾਂ ਦੇ ਵਿੱਚ ਇਹਦੀ ਸਪਲਾਈ ਕਰਦੇ ਆ ਤਾਂ ਇਹ ਜਿਹੜਾ ਇਹਨਾਂ ਨੂੰ ਅੱਜ ਅਸੀਂ ਗ੍ਰਿਫਤਾਰ ਕਰਕੇ ਮੁਕੱਦਮਾ ਦਰਜ ਕਰ ਲਿਆ ਤਾਂ ਇਹਦੇ ਵਿੱਚ ਅਸੀਂ ਇਹਦੇ ਬੈਕਫੁੱਟ 'ਤੇ ਵੀ ਜਾਵਾਂਗੇ ਵੀ ਕਿੱਥੋਂ ਕਿਹੜੇ ਠੇਕੇਦਾਰ ਕੋਲੋਂ ਲੈ ਕੇ ਆਉਂਦੇ ਆ, ਕਿੱਦਾਂ ਇਹ ਹੁਣ ਤੱਕ ਕਿੱਥੇ ਕਿੱਥੇ ਸਪਲਾਈ ਕਰਦੇ ਆ, ਜਾਂ ਇਹਨਾਂ ਦੇ ਨਾਲ ਕੌਣ ਕੌਣ ਮਿਲਿਆ ਹੋਇਆ, ਚਾਹੇ ਉਹ ਪੁਲਿਸ ਅਫਸਰ ਹੀ ਕਿਉਂ ਨਾ ਹੋਵੇ, ਮਤਲਬ ਇਹਦੀ ਅਸੀਂ ਡੰਗਿਆਈ ਨਾਲ ਤਫਤੀਸ਼ ਕਰਕੇ ਤੁਹਾਨੂੰ ਜਿਹੜਾ ਅਗਲੀ ਇੱਕ ਪ੍ਰੈਸ ਕਾਨਫਰੰਸ ਫਿਰ ਕਰਾਂਗੇ ਜਿਹਦੇ 'ਚ ਦੱਸਾਂਗੇ ਕਿ ਇਹ ਕਿਵੇਂ ਕੀਤਾ। ਫਿਲਹਾਲ ਅੱਜ ਹੀ ਅਰੈਸਟ ਕੀਤੇ ਨੇ ਔਰ ਅੱਜ ਹੀ ਪੇਸ਼ ਕਰਨ ਜਾ ਰਹੇ ਹਾਂ ਤਾਂ ਇਸ ਕਰਕੇ ਤੁਹਾਨੂੰ ਇਹਦੀ ਇਨੀਸ਼ੀਅਲ ਜਿਹੜੀ ਇਨਫੋਰਮੇਸ਼ਨ ਦੇਣੀ ਅਸੀਂ ਜ਼ਰੂਰੀ ਸਮਝੀ ਤਾਂ ਕਰਕੇ ਰੱਖੀ। ਸਰ ਪਹਿਲੀ ਜਾਂਚ ਲੱਗਿਆ ਨਹੀਂ ਪਤਾ ਕੋਈ ਪਿਛਲਾ ਰਿਕਾਰਡ ਵੀ ਹੋਣਾ? ਦੇਖੋ ਰਿਕਾਰਡ ਤਾਂ ਸਾਡੇ ਦੋਨੇ ਸਾਡੇ ਥਾਣੇ ਨਾਲ ਹੀ ਰਿਲੇਟਡ ਨੇ, ਹੁਣੇ ਚੈੱਕ ਕਰਾ ਲੈਂਦੇ ਹਾਂ। ਲੇਕਿਨ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਕਿ ਇਹ ਹੁਣ ਤੱਕ ਬਚੇ ਆ, ਪਹਿਲਾਂ ਪਿਕਚਰ 'ਚ ਨਹੀਂ ਆਏ, ਜਿਹੜੇ ਅੱਜ ਹੀ ਸਾਹਮਣੇ ਆਏ ਨੇ। ਰਿਕਾਰਡ ਵੀ ਇਹਨਾਂ ਦਾ ਚੈੱਕ ਕਰ ਲੈਂਦੇ ਹਾਂ। ਦੇਖ ਸਮਰਾਲੇ ਏਰੀਏ 'ਚ ਵਿਕਣੀ ਸੀ ਸ਼ਰਾਬ ਜੀ? ਬਿਲਕੁਲ ਸਮਰਾਲੇ ਏਰੀਏ 'ਚ ਵਿਕਣੀ ਸੀ।